ਮੁੰਡਾ ਪਿਓ ਨੂੰ ਵੀ ਕੋਈ ਸੋਨੇ ਦੀ ਚੀਜ਼ ਪਾਏ ਹੁੰਦੀ। ਸਾਰੀ ਰਾਤ ਮੁੰਡੇ ਦੇ ਮੂੰਹ 'ਚ ਉਂਗਲ ਪਾ ਕੇ ਬਾਥਰੂਮ 'ਚ ਬੈਠੀ ਰਹੀ ਤਾਂ ਕਿ ਉਹਦੀ ਆਵਾਜ਼ ਬਾਹਰ ਉਸ ਹੈਵਾਨ ਤੱਕ ਨਾ ਜਾ ਸਕੇ। ਜਦੋਂ ਲੱਗਿਆ ਉਮੀਦ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਸੀ, ਉਦੋਂ ਤਕਦੀਰ ਨੇ ਮੇਰੇ ਲਈ ਇੱਕ ਨਵਾਂ ਦਰਵਾਜ਼ਾ ਖੋਲ੍ਹਤਾ। ਮਾਂ ਦੇ ਇਲਾਜ ਲਈ ਹਰ ਹਫ਼ਤੇ ਜਲੰਧਰ ਜਾਣਾ ਪੈਂਦਾ ਸੀ। ਇਸ ਦੌਰਾਨ ਮੇਰੀ ਮੁਲਾਕਾਤ ਐਂਬੂਲੈਂਸ ਡਰਾਈਵਰ ਬਲਵੰਤ ਨਾਲ ਹੋਈ। ਬਲਵੰਤ ਹੀ ਸੀ ਜਿਹੜਾ ਸਾਨੂੰ ਹਰ ਹਫ਼ਤੇ ਹਸਪਤਾਲ ਲੈ ਕੇ ਜਾਂਦਾ ਸੀ। ਬਲਵੰਤ ਨੂੰ ਜਦੋਂ ਮੇਰੇ ਹਾਲਾਤਾਂ ਦਾ ਪਤਾ ਲੱਗਿਆ, ਉਹਨੇ ਦੀਪੂ ਦੀ ਪੜ੍ਹਾਈ ਦਾ ਸਾਰਾ ਖਰਚਾ ਚੱਕ ਲਿਆ। ਜਿੱਥੇ ਬਲਵੰਤ ਭਰਾ ਬਣ ਕੇ ਮੇਰੀ ਮੁਸ਼ਕਿਲਾਂ ਸੁਲਝਾ ਰਿਹਾ ਸੀ, ਉੱਥੇ ਮੇਰੇ ਸਗੇ ਭਰਾ ਮੇਰੀ ਜ਼ਿੰਦਗੀ ਹੋਰ ਉਲਝਾ ਰਹੇ ਸੀ। ਦੇਖ ਕਨੇਡਾ 'ਚ ਸਾਹਦੀ ਕੋਠੀ ਕਲਾ ਕਲਾ ਮਾਲਕ ਹੈ, ਜੇ ਤੇਰੇ ਨਾਲ ਵਿਆਹ ਕਰਨ ਨੂੰ ਮੰਨ ਗਿਆ ਤੂੰ ਤਾਂ ਐਸ਼ ਕਰੇਗੀ, ਰਾਣੀ ਬਣਾ ਕੇ ਰੱਖੂ ਰਾਣੀ। ਕੀ? ਮੇਰੀ ਗੱਲ ਸੁਣ ਭੈਣੇ, ਦੇਖ ਜੋ ਤੇਰੇ ਨਾਲ ਹੁਣ ਤੱਕ ਬੀਤੀ ਹੈ ਸਭ ਨੂੰ ਸਭ ਪਤਾ ਹੈ, ਉਹਦੇ ਬਾਵਜੂਦ ਵੀ ਤੇਰੇ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਹੈ, ਬਸ ਤੂੰ ਆ ਮੁੰਡੇ ਨੂੰ ਨਾਲ ਨਹੀਂ ਰੱਖ ਸਕਦੀ। ਨਹੀਂ ਨਹੀਂ, ਮੈਂ ਕੋਈ ਵਿਆਹ ਨਹੀਂ ਕਰਾਉਣਾ, ਨਾਲੇ ਆਪਣੇ ਮੁੰਡੇ ਨੂੰ ਤਾਂ ਮੈਂ ਕਦੇ ਓਹਲੇ ਨਾ ਹੋਣ ਦੇਵਾਂ ਆਪਣੀ ਨਜ਼ਰਾਂ ਤੋਂ। ਉਹ ਦੀਪੂ ਨੂੰ ਅਸੀਂ ਸਾਂਭ ਲਾਂਗੇ, ਤੂੰ ਗੱਲ ਨੂੰ ਤਾਂ ਸਮਝ, ਆ ਹੁਣ ਵੀ ਤਾਂ ਦੁੱਖ ਕੱਟ ਰਹੀ ਆ, ਸਾਹਿਬ ਨਾਲ ਵਿਆਹ ਕਰਾ ਕੇ ਘੱਟੋ ਘੱਟ ਖੁਸ਼ ਤਾਂ ਰਹੇਗੀ, ਆ ਨਾਲੇ ਮੇਰੀ ਪ੍ਰਮੋਸ਼ਨ ਹੋਜੂ, ਆ ਜਿਹੜੀ ਘਰ 'ਚ ਤੰਗੀ ਚੱਲਦੀ ਹੈ ਹੱਲ ਹੋਜੂਗੀ। ਤੁਸੀਂ ਆਪਣੀ ਪ੍ਰਮੋਸ਼ਨ ਲਈ ਮੇਰੇ ਬੇਟੇ ਨੂੰ ਮੇਰੇ ਤੋਂ ਦੂਰ ਕਰ ਰਹੇ ਹੋ? ਮੈਂ ਤੁਹਾਡੇ ਵਾਂਗ ਸਿਰਫ ਆਪਣੇ ਬਾਰੇ ਨਹੀਂ ਸੋਚਦੀ, ਦੀਪੂ ਮੇਰੀ ਜ਼ਿੰਮੇਦਾਰੀ ਵੀ ਹੈ ਤੇ ਮੇਰੀ ਖੁਸ਼ੀ ਵੀ। ਮੈਂ ਕਿਸੇ ਵੀ ਹਾਲਤ 'ਚ ਦੀਪੂ ਨੂੰ ਆਪਣੇ ਤੋਂ ਅਲੱਗ ਨਹੀਂ ਹੋਣ ਦੇਵਾਂਗੀ। ਪਰ ਵਿਆਹ ਤਾਂ ਤੈਨੂੰ ਕਰਾਉਣਾ ਪੈਣਾ, ਮੈਂ ਸਾਹਿਬ ਨੂੰ ਜਵਾਨ ਦੇ ਚੁੱਕਿਆ ਹੁਣ। ਤੁਸੀਂ ਹਮੇਸ਼ਾ ਮੇਰੀ ਜ਼ਿੰਦਗੀ ਦੇ ਫੈਸਲੇ ਮੇਰੇ ਤੋਂ ਬਿਨਾਂ ਪੁੱਛੇ ਲਿੱਤੇ, ਮੇਰੇ ਤੋਂ ਬਿਨਾਂ ਪੁੱਛੇ ਮੇਰਾ ਵਿਆਹ ਕਰਾਇਆ, ਕਿਸੇ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕੀ ਚਾਹੁੰਦੀ ਹਾਂ, ਕੀ ਬਣਨਾ ਚਾਹੁੰਦੀ ਹਾਂ? ਬਸ ਹੋਰ ਨਹੀਂ, ਇਹ ਮੇਰੀ ਜ਼ਿੰਦਗੀ ਹੈ,
ਮੈਂ ਸਹੀ ਹੋਵਾਂ ਜਾਂ ਮੈਂ ਗਲਤ ਹੋਵਾਂ, ਪਰ ਆਪਣੀ ਜ਼ਿੰਦਗੀ ਦੇ ਫੈਸਲੇ ਮੈਂ ਆਪ ਲਵਾਂਗੀ। ਜੇ ਗੱਲ ਹੈ ਨਾ ਤਾਂ ਮੇਰੀ ਵੀ ਗੱਲ ਇੱਕ ਪੱਲੇ ਬੰਨ ਲੈ, ਜਾਂ ਤਾਂ ਉਹਨੂੰ ਤਲਾਕ ਦੇ ਕੇ ਹਿਸਾਬ ਨਾਲ ਵਿਆਹ ਕਰਾ ਲੈ, ਨਹੀਂ ਆਪਣੇ ਕੱਪੜੇ ਲੀੜੇ ਚੱਕ ਦੇ ਚੱਲ ਆਪਣੇ ਸਹੁਰੇ। ਫਿਰ ਜੋ ਹੋਊਗਾ ਨਾ ਆਪ ਭੁਗਤੀ, ਨਾ ਸਾਨੂੰ ਫੋਨ ਕਰੀ ਤੇ ਨਾ ਇੱਥੇ ਬਾਰ ਬਾਰ ਸਾਨੂੰ ਆ ਕੇ ਤੰਗ ਕਰੀ, ਸਮਝ ਗਈ?